It's your body, Holy Baba. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਕਬੱਡੀ ਦੇ ਉਸ ਮਹਾਨ ਖਿਡਾਰੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਸ ਨੂੰ ਇਹ ਸੰਸਾਰ ਵਿੱਚੋਂ ਗਏ ਹੋਏ ਤਾਂ ਕਾਫੀ ਸਾਲ ਹੋ ਗਏ ਆ, ਪਰ ਉਹ ਅੱਜ ਵੀ ਕਬੱਡੀ ਖੇਡ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਦੇ ਆ। ਜਦੋਂ ਵੀ ਕਿਤੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਜਾਂ ਮੈਚ ਹੁੰਦਾ ਤਾਂ ਉਸ ਖਿਡਾਰੀ ਦਾ ਜ਼ਿਕਰ ਜ਼ਰੂਰ ਹੁੰਦਾ। ਸੋ ਦੋਸਤੋ, ਅੱਜ ਮੈਂ ਤੁਹਾਡੇ ਲਈ ਤੁਹਾਡੇ ਸਭ ਦੇ ਚਹੀਤੇ ਖਿਡਾਰੀ ਹਰਜੀਤ ਬਰਾੜ ਬਾਜਾ ਖਾਨਾ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ। ਸੋ ਦੋਸਤੋ, ਅੱਜ ਆਪਾਂ ਹਰਜੀਤ ਬਾਜਾ ਖਾਨਾ ਦੀ ਲਾਈਫ ਬਾਰੇ, ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦੇ ਕਬੱਡੀ ਕਰੀਅਰ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਪਰ ਦੋਸਤੋ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਹਰਜੀਤ ਬਰਾੜ ਬਾਜਾ ਖਾਨਾ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਹਰਜੀਤ ਬਰਾੜ ਦਾ ਜਨਮ 5 ਸਤੰਬਰ 1971 ਨੂੰ ਪਿੰਡ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ ਤੇ ਹਰਜੀਤ ਬਰਾੜ ਬਚਪਨ ਤੋਂ ਹੀ ਬਹੁਤ ਹੀ ਮਜ਼ਬੂਤ ਜੁੱਸੇ ਦਾ ਸੀ, ਜਿਸ ਕਰਕੇ ਉਹਨਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਨੇ ਉਹਨਾਂ ਨੂੰ ਕਬੱਡੀ ਖੇਡਣ ਲਈ ਪ੍ਰੇਰਿਤ ਕੀਤਾ ਤੇ ਹਰਜੀਤ ਬਰਾੜ ਨੇ ਬਚਪਨ ਤੋਂ ਹੀ ਬਹੁਤ ਹੀ ਵਧੀਆ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਤੇ ਜਦੋਂ ਹਰਜੀਤ ਬਰਾੜ ਆਪਣੇ ਸਕੂਲ ਵਿੱਚ ਸੀ ਤਾਂ ਉਹਨਾਂ ਨੇ ਆਪਣੇ ਸਕੂਲ ਨੂੰ ਬਹੁਤ ਸਾਰੇ ਟੂਰਨਾਮੈਂਟਾਂ ਵਿੱਚ ਜਿਤਾ ਕੇ ਆਪਣੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਤੇ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ। ਇਸੇ ਕਰਕੇ ਹੀ ਸਾਰੇ ਅਧਿਆਪਕ ਸਹਿਬਾਨ ਤੇ ਨਗਰ ਨਿਵਾਸੀਆਂ ਨੂੰ ਇਸ ਗੱਲ ਦਾ ਮਾਣ ਸੀ ਕਿ ਹਰਜੀਤ ਬਰਾੜ ਇੱਕ ਦਿਨ ਬਾਜਾ ਖਾਨਾ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰੂਗਾ। ਇਸੇ ਕਰਕੇ ਹੀ ਜਦੋਂ ਹਰਜੀਤ ਬਰਾੜ 8ਵੀਂ ਕਲਾਸ ਵਿੱਚ ਹੋਇਆ ਤਾਂ ਮਿੰਨੀ ਗੇਮਸ ਜੋ ਕਿ ਗੁਹਾਟੀ ਵਿੱਚ ਹੋਈਆਂ ਸਨ ਉੱਥੇ ਉਹਨਾਂ ਨੇ ਆਪਣੀ ਕਬੱਡੀ ਦਾ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿਤਾਇਆ। ਇਸ ਤੋਂ ਬਾਅਦ ਹਰਜੀਤ ਬਰਾੜ ਨੇ ਸਪੋਰਟਸ ਸਕੂਲ ਜਲੰਧਰ ਵਿਖੇ ਦਾਖਲਾ ਲਿਆ ਤੇ ਉੱਥੇ ਸਖ਼ਤ ਮਿਹਨਤ ਕਰਨ ਤੋਂ ਬਾਅਦ ਕਬੱਡੀ ਵਿੱਚ ਨਿਪੁੰਨਤਾ ਹਾਸਲ ਕੀਤੀ। ਇਸ ਤੋਂ ਬਾਅਦ ਹਰਜੀਤ ਬਰਾੜ ਵੱਡੀਆਂ ਟੀਮਸ ਵਿੱਚ ਖੇਡਣ ਲੱਗ ਪਿਆ ਤੇ ਇੱਕ ਵਾਰ ਦੋਸਤੋ ਹਰਜੀਤ ਬਰਾੜ ਆਪਣੇ ਦੋਸਤਾਂ ਨਾਲ ਜੈਤੋਂ ਖੇਡ ਬਲਾਕ ਮੇਲਾ ਵੇਖਣ ਗਿਆ। ਉੱਥੇ ਅਖਾੜੇ 'ਚ ਕੁਸ਼ਤੀ ਦੇ ਘੋਲ ਚੱਲ ਰਹੇ ਸੀ। ਯਾਰਾਂ ਨੇ ਉਹਨੂੰ ਹੱਲਾਸ਼ੇਰੀ ਦੇ ਕੇ ਇੱਕ ਪਹਿਲਵਾਨਾ ਘੁਲਾਤਾ ਤੇ ਹਰਜੀਤ ਬਰਾੜ ਨੇ ਇੰਨੀ ਸੋਹਣੀ ਕੁਸ਼ਤੀ ਖੇਡੀ ਕਿ ਸਭ ਵੇਖਣ ਵਾਲੇ ਤੰਗ ਰਹਿ ਗਏ ਤੇ ਇਸ ਤੋਂ ਬਾਅਦ ਫਿਰ ਹਰਜੀਤ ਬਰਾੜ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਦਾ ਨਾਮ ਬਣਨ ਲੱਗ ਪਿਆ ਤੇ 1982-83 'ਚ ਜਦੋਂ ਕੋਠੇ ਗੁਰੂ ਕੇ ਟੂਰਨਾਮੈਂਟ 'ਚ ਕੈਨੇਡਾ ਤੋਂ ਆਈ ਟੀਮ ਵੱਲੋਂ ਹਰਜੀਤ ਬਰਾੜ ਨੇ 2 ਰੇਡਾਂ ਪਾਈਆਂ ਤੇ ਚਾਰੇ ਪਾਸੇ ਬਾਜਾ ਖਾਨਾ ਨਾਲ ਮੈਦਾਨ ਗੂੰਜ ਉੱਠਿਆ ਤੇ ਹਰਜੀਤ ਬਰਾੜ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ। ਦੋਸਤੋ, ਇਹੋ ਜਿਹੇ ਮਹਾਨ ਰੇਡਰ ਕਦੇ ਕਦੇ ਹੀ ਇਸ ਸੰਸਾਰ ਵਿੱਚ ਜਨਮ ਲੈਂਦੇ ਆ ਤੇ 1994 'ਚ ਪਹਿਲਾ ਦੌਰਾ ਕੀਤਾ ਹਰਜੀਤ ਬਰਾੜ ਨੇ ਕੈਨੇਡਾ ਦਾ। ਉਸ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ, ਅਮਰੀਕਾ, ਇੰਗਲੈਂਡ ਵਿੱਚ ਜਾ ਕੇ ਵੀ ਕਬੱਡੀ ਦੇ ਜੌਹਰ ਦਿਖਾਏ ਤੇ ਦੋਸਤੋ 1996 'ਚ ਕਬੱਡੀ ਵਰਲਡ ਕੱਪ ਜਦੋਂ ਕੈਨੇਡਾ 'ਚ ਹੋਇਆ ਤਾਂ ਹਰਜੀਤ ਬਰਾੜ ਪਾਕਿਸਤਾਨ ਵਿਰੁੱਧ ਜਦੋਂ ਖੇਡ ਰਹੇ ਸਨ ਤਾਂ ਉਹਨਾਂ ਦੀ ਇੱਕ ਇੱਕ ਕਬੱਡੀ ਦੀ ਰੇਡ ਤੇ 1-1 ਲੱਖ ਰੁਪਏ ਦਾ ਇਨਾਮ ਹਰਜੀਤ ਬਰਾੜ ਨੂੰ ਮਿਲਿਆ। ਤੇ ਦੋਸਤੋ, ਇਸੇ ਤੇ ਹੀ ਗੋਰੇ ਕਮੈਂਟੇਟਰ ਨੇ ਮਾਈਕ 'ਚ ਕਿਹਾ ਕਿ ਇੰਡੀਆ ਨੇ ਇੱਕ ਅਜਿਹੀ ਮਸ਼ੀਨ ਬਣਾਈ ਆ ਜੋ ਕਿ 1-1 ਸੈਕਿੰਡ ਵਿੱਚ 1-1 ਲੱਖ ਰੁਪਇਆ ਛਾਪਦੀ ਆ। ਤੇ ਦੋਸਤੋ, ਇਸ ਤੋਂ ਬਾਅਦ ਉਹਨਾਂ ਦੀ ਮੈਰਿਜ ਹੋਈ ਨਰਿੰਦਰ ਕੌਰ ਨਾਲ ਤੇ ਦੋਸਤੋ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਰੱਖਿਆ ਗਗਨ ਹਰਜੀਤ ਕੌਰ। ਤੇ ਦੋਸਤੋ, ਫਿਰ ਹਰਜੀਤ ਬਰਾੜ ਦਾ ਨਾਮ ਪੂਰੀ ਦੁਨੀਆ ਵਿੱਚ ਛਾ ਗਿਆ ਤੇ ਹਰ ਇੱਕ ਕਬੱਡੀ ਪ੍ਰੇਮੀ ਦੀ ਜ਼ਬਾਨ ਤੇ ਇੱਕੋ ਹੀ ਨਾਮ ਸੀ, ਹਰਜੀਤ ਬਰਾੜ, ਹਰਜੀਤ ਬਰਾੜ। ਤੇ ਦੋਸਤੋ, ਇੱਕ ਵਾਰ ਜਦੋਂ ਕੈਨੇਡਾ 'ਚ ਹੀ ਉਹ ਦੁਬਾਰਾ ਮੈਚ ਖੇਡ ਰਹੇ ਸਨ ਤਾਂ ਹਰਜੀਤ ਬਰਾੜ ਦੀ ਇੱਕ ਰੇਡ ਤੇ ਲਗਭਗ $35,000 ਦੀ ਸ਼ਰਤ ਲੱਗੀ, ਜਿਸ ਦੀ ਜੇ ਆਪਾਂ ਅੱਜ ਗੱਲ ਕਰੀਏ ਤਾਂ ਉਸ ਦਾ ਮੁੱਲ ਬਣਦਾ ਇੱਕ ਰੇਡ ਦਾ ਲਗਭਗ 18,15,800 ਰੁਪਏ। ਤੇ ਦੋਸਤੋ, ਉਹ ਮੰਦਭਾਗਾ ਦਿਨ ਵੀ ਆਇਆ ਜਦੋਂ 16 ਅਪ੍ਰੈਲ 1998 ਨੂੰ ਹਰਜੀਤ ਬਰਾੜ ਆਪਣੇ ਸਾਥੀ ਖਿਡਾਰੀ ਤਲਵਾਰ ਕੌਂਕੇ, ਕੇਵਲ ਲੋਪੋ ਕੇ, ਕੇਵਲ ਸੇਖਾਂ ਤੇ ਸਖਚੈਨ ਸਿੰਘ ਨਾਲ ਆਪਣੀ ਜਿਪਸੀ
ਪੀਬੀ ਦਾਸ U0097 ਵਿੱਚ ਸਵਾਰ ਹੋ ਕੇ ਦਿੱਲੀ ਵੱਲ ਜਾ ਰਹੇ ਸਨ ਤਾਂ ਮਰਿੰਡੇ ਨੇੜੇ ਉਹਨਾਂ ਦਾ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਵਿੱਚ ਉਹਨਾਂ ਦਾ ਮੌਕੇ ਤੇ ਹੀ ਦੇਹਾਂਤ ਹੋ ਗਿਆ ਤੇ ਉਸ ਐਕਸੀਡੈਂਟ ਵਿੱਚ ਸੁਖਚੈਨ ਸਿੰਘ ਨੂੰ ਗੰਭੀਰ ਚੋਟਾਂ ਲੱਗੀਆਂ ਜਿਨ੍ਹਾਂ ਨੂੰ ਚੰਡੀਗੜ੍ਹ PGI ਵਿਖੇ ਦਾਖਲ ਕਰਵਾਇਆ ਗਿਆ ਤੇ ਉਹਨਾਂ ਦੇ ਸਾਥੀ ਖਿਡਾਰੀ ਤਲਵਾਰ ਕੌਂਕੇ, ਕੇਵਲ ਲੋਪੋਂਕੇ, ਕੇਵਲ ਸੇਖਾਂ ਤੇ ਹਰਜੀਤ ਬਰਾੜ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋਸਤੋ ਮੈਂ ਤਾਂ ਇਹੀ ਕਹੂੰਗਾ ਕਿ ਮੁੜ ਚੇਤੇ ਆਵੇਂਗਾ, ਦਿਲ ਨੂੰ ਹੌਲ ਜਾ ਪਾਵੇਂਗਾ, ਕਦੀ ਜਾਂਦਾ ਨਹੀਂ ਭੁੱਲਿਆ ਤੇਰਾ ਹੱਸਦਾ ਮੁੱਖ ਨਿਆਰਾ, ਉਹਨੂੰ ਕਿਵੇਂ ਭੁਲਾਵਾਂਗੇ ਜਿਹੜਾ ਵਸਦਾ ਰੂਹ ਵਿੱਚ ਜਾਰਾ, ਉਹਨੂੰ ਕਿਵੇਂ ਭੁਲਾਵਾਂਗੇ ਜਿਹੜਾ ਵਸਦਾ ਰੂਹ ਵਿੱਚ ਜਾਰਾ, ਸਾਨੂੰ ਚੇਤੇ ਆਵੇਂਗਾ, ਤੂੰ ਸਾਨੂੰ ਚੇਤੇ ਆਵੇਂਗਾ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ, ਮੈਨੂੰ ਉਮੀਦ ਹੈ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇਕਰ ਦੋਸਤੋ ਤੁਸੀਂ ਹਰਜੀਤ ਬਰਾੜ ਤੇ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ। ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਇਹ ਫਰਮਾਇਸ਼ ਜ਼ਰੂਰ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਇਸ ਤੋਂ ਬਿਨਾਂ ਦੋਸਤੋ ਆਪਣਾ ਫੇਸਬੁੱਕ ਤੇ ਬੋਲੀ ਹੌਲੀ ਬਾਬਾ ਦੇ ਨਾਮ ਦਾ ਪੇਜ ਬਣਿਆ, ਪਲੀਜ਼ ਉਹਨੂੰ ਜ਼ਰੂਰ ਲਾਈਕ ਕਰ ਲਿਓ। ਤੇ ਦੋਸਤੋ ਇੰਨੇ ਸ਼ਬਦਾਂ ਨਾਲ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਸਤਿ ਸ਼੍ਰੀ ਅਕਾਲ ਜੀ।